ਸਤਿ ਸ਼੍ਰੀ ਅਕਾਲ ਜੀ। ਵੌਇਸ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਲੋਕ ਗਾਇਕਾ ਰਾਖੀ ਹੁੰਦਲ ਜੀ ਦੇ ਨਵੇਂ ਟਰੈਕ ਬਾਰੇ। ਰਾਖੀ ਹੁੰਦਲ ਜੀ ਨਵਾਂ ਸੌਂਗ ਲੈ ਕੇ ਆ ਰਹੇ ਨੇ ਜਿਹਦਾ ਨਾਮ ਹੈ ਘੁੰਗਰੂ। ਰਾਖੀ ਹੁੰਦਲ ਜੀ ਨੇ ਇਸ ਤੋਂ ਪਹਿਲਾਂ ਵੀ ਆਪਣੇ ਗਾਣਿਆਂ ਨਾਲ ਪੰਜਾਬ ਔਰ ਬਾਹਰ ਵਿਦੇਸ਼ਾਂ ਵਿੱਚ ਬਹੁਤ ਧੂਮ ਮਚਾਈ। ਰਾਖੀ ਹੁੰਦਲ ਜੀ ਦਾ ਸੌਂਗ ਮਿਰਜ਼ਾ, ਜੱਟੀ ਦਾ ਕੁਈਨ, ਡੀਜੇ ਦੀ ਬੀਟ ਔਰ ਘੈਂਟ ਮੁੰਡਿਆ ਲੋਕਾਂ ਨੇ ਖੂਬ ਪਸੰਦ ਕੀਤਾ। ਰਾਖੀ ਹੁੰਦਲ ਜੀ ਪੰਜਾਬੀ ਫਿਲਮਾਂ ਵੀ ਕਰ ਰਹੇ ਨੇ। ਉਹਨਾਂ ਦੀ ਪਹਿਲੀ ਫਿਲਮ ਨਿੱਕਾ ਜੈਲਦਾਰ 2 ਵਿੱਚ ਰਾਖੀ ਹੁੰਦਲ ਜੀ ਨੇ ਅਭਿਨੇ ਦੀ ਕਮਾਲ ਕੀਤੀ ਤੇ ਰਾਖੀ ਹੁੰਦਲ ਜੀ ਦੀ ਦੂਸਰੀ ਮੂਵੀ ਕੁੜਮਾਈਆਂ ਜੋ ਕਿ ਅਗਸਤ ਸਪਟੈਂਬਰ ਵਿੱਚ ਰਿਲੀਜ਼ ਹੋਏਗੀ ਉਹਦੇ ਵਿੱਚ ਵੀ ਰਾਖੀ ਹੁੰਦਲ ਜੀ ਨੇ ਜ਼ਬਰਦਸਤ ਅਭਿਨੇ ਕੀਤਾ ਹੈ। ਗੱਲ ਕਰੀਏ ਇਸ ਨਵੇਂ ਸੌਂਗ ਬਾਰੇ ਤਾਂ ਘੁੰਗਰੂ ਜਿਹਨੂੰ ਕਿ ਬਹੁਤ ਹੀ ਅੱਛੇ ਲੇਖਕ ਭੱਟੀ ਪੜੀਵਾਲਾ ਨੇ ਲਿਖਿਆ ਹੈ ਔਰ ਸੰਗੀਤਬੱਧ ਕੀਤਾ ਹੈ ਸੌਲ ਰੌਕਰਸ ਨੇ ਔਰ ਇਸ ਗਾਣੇ ਨੂੰ ਪ੍ਰੋਡਿਊਸ ਕਰ ਰਹੇ ਨੇ ਜੋਤੀ ਸਹੋਤਾ ਜੀ ਕਨੇਡਾ ਵਾਲੇ ਔਰ ਰਾਜਨ ਬਤਰਾ ਜੀ ਡੈਡੀਮੋਨ ਰਿਕਾਰਡਸ ਵੱਲੋਂ ਇਹ ਸੌਂਗ ਤੁਹਾਡੇ ਸਾਹਮਣੇ ਆ ਰਿਹਾ ਹੈ ਔਰ ਜਲਦ ਹੀ ਇਸ ਗਾਣੇ ਦੀ ਰਿਲੀਜ਼ ਡੇਟ ਵੀ ਤੁਹਾਡੇ ਸਾਹਮਣੇ ਅਨਾਊਂਸ ਕੀਤੀ ਜਾਏਗੀ।